चोई किसे ने उस, गया अस्सलाम नाजरीन। फिल्म में उस फिल्म का नाम है काके दड़ाक नाजरीन मैं दस देव यह फिल्म तुम यूट्यूब ते नहीं मिलेगी अदाकार सुल्तान रई अंजुमन शायद अनी

ਸੁਲਤਾਨ ਰਈ ਦਾ ਨਾਮ صدیق ਉਸ ਕਾਕਾ ਹੁੰਦਾ ਹੈ ਪੀਰ ਬਖਸ਼ ਦੇ ਨਾਲ ਦੁਸ਼ਮਣੀ ਦਾ ਆਗਾਜ਼ ਹੁੰਦਾ ਹੈ ਜਿਉਹ ਹਲੀ ਬੈਠਕ ਬੰਦ ਕਰਾਉਣ ਤੋਂ ਪੀਰ ਬਖਸ਼ ਦਾ ਕਿਰਦਾਰ ਅਦਾਕਾਰ ਤਾਰਿਸ਼ ਸ਼ਾਹ ਨੇ ਅਦਾ ਕੀਤਾ ਹੈ ਪੀਰ ਬਖਸ਼ ਦੋਨੋਂ ਪੈਰਾਂ ਤੋਂ ਮਾਜ਼ੂਰ ਇੱਕ ਜ਼ਿੱਦੀ ਤੇ ਹੱਟ ਧਰਮ ਸ਼ਖਸ ਹੁੰਦਾ ਹੈ ਸੁਲਤਾਨ ਰਈ ਲੋਹਾਰ ਹੁੰਦਾ ਹੈ ਅਫਜ਼ਲ ਕਾਕੇ ਦਾ ਛੋਟਾ ਭਾਈ ਹੁੰਦਾ ਹੈ ਅਫਜ਼ਲ ਦਾ ਕਿਰਦਾਰ ਅਦਾਕਾਰ ਤੰਦੀਮ हसन ਨੇ ਅਦਾ ਕੀਤਾ ਹੈ ਕਾਕੇ ਦਾ ਦੋਸਤ ਮੰਨਾ ਹੁੰਦਾ ਹੈ ਮੰਨਿਤਾ ਕਿਰਦਾਰ ਅਦਾਕਾਰ ਆਪਤ ਬਾਟ ਨੇ ਅਦਾ ਕੀਤਾ ਹੈ ਸਾਰੇ ਜਵਾਰੀ ਦਾ ਸਰਪ੍ਰਸਤ ਸ਼ੇਰੂ ਉਸ ਪਾਂਦਰੀ ਵਾਲਾ ਹੁੰਦਾ ਹੈ ਸ਼ੇਰੂ ਉਸ ਪਾਂਦਰੀ ਵਾਲੇ ਦਾ ਕਿਰਦਾਰ ਸਾਵਨ ਨੇ ਅਦਾ ਕੀਤਾ ਹੈ ਸ਼ੇਰੂ ਉਸ ਪਾਂਦਰੀ ਵਾਲਾ ਦੇ ਚਾਰੋਂ ਪੁੱਤਰ ਜੇਲ੍ਹ ਵਿੱਚ ਹੁੰਦੇ ਨੇ ਪੀਰ ਬਖਸ਼ ਸ਼ੇਰੂ ਬਾਂਦਰੀ ਵਾਲੇ ਦਾ ਪਿਓ ਹੁੰਦਾ ਹੈ ਅੰਜਮਨ ਦਾ ਨਾਮ ਇਸ ਫਿਲਮੀ ਚ ਰੇਸ਼ਮਾ ਹੁੰਦਾ ਹੈ ਅਬੀ ਇਹ ਤੇਰਾ ਪੁੱਤਰ ਬਾਅਦ ਵਿੱਚ ਹੈ ਤੇ ਮੇਰਾ ਭਤੀਜਾ ਪਹਿਲੇ ਵੇ ਕਿਹਨ ਨਾ ਕਹਿੰ ਮੈਂ ਮਸੀ ਪੁੱਤਰ ਪੂਰਾ 40000 ਮਾਜੀ 40000 ਰੁਪਏ ਦੇ ਚੋੜੀ ਦੇ ਤਨਾ ਦਿੱਤੇ ਰਸਾਗੀਰ ਰਿਸ਼ਮਾ ਦੇ ਪਿਓ ਨੂੰ ਕਤਲ ਕਰ ਦਿੰਦੇ ਇਸ ਦੇ ਬਾਅਦ ਉਹ ਰਸਾਗੀਰ ਕਾਕਾ ਤੇਪਰਾ ਅਫਜ਼ਲ ਤੇ ਹਮਲਾ ਕਰਦੇ ਲੇਕਿਨ ਅਫਜ਼ਲ ਉਹਨਾਂ ਨੂੰ ਮਾਰ ਕੇ ਨਸਾ ਦਿੰਦਾ ਐ ਐਨੇ ਵਿੱਚ ਪੁਲਿਸ ਆ ਜਾਂਦੀ ਏ ਪੁਲਿਸ ਇਹਨਾਂ ਰਸਾਗੀਰਾਂ ਨੂੰ ਗ੍ਰਿਫਤਾਰ ਕਰ ਲੈਂਦੀ ਏ ਪੀਰ ਬਖਸ਼ ਦੇ ਤੋਂ ਪੋਤੇ ਜੇ ਤੂ ਫਰਾਰ ਹੋ ਕੇ ਘਰ ਆ ਜਾਂਦੇ ਪੀਰ ਬਖਸ਼ उन्होंने वेख के बहुत खुश होंगे है चार पोते जिन्ह का किरदार अलताफ खान अनवर खान हमायु क्रेशी शफकत चीमा ने अदा किया पीरबख्श के दो पोते चौकी दरी विछा के जुआ खेड़ काके काद पहलवान आके इन्होंने मना करता है लेकिन यह उसू गोली मार के हिला कर देते हैं काका अपने उसताद का बदला लैंड वास्ते पीरबख्श के घर आके लल ਬਾਂਦਰੀ ਵਾਲਾ ਪਿਸਤੌਲ ਕੱਢ ਲੈਂਦਾ ਹੈ ਲੇਕਿਨ ਕਾਕਾ ਉਸਨੂੰ ਕਤਲ ਕਰ ਦੇਦਾ ਹੈ ਤਾਰਿਕ ਸ਼ਾਨ ਇਸ ਫਿਲਮ ਵਿੱਚ ਬਹੁਤ achi acting ਦਾ ਜ਼ਾਹਰਾ ਕੀਤਾ ਹੈ ਦੁਸ਼ਮਨਾਂ ਦੇ ਹਮਲੇ 'ਚ ਅਫਜ਼ਲ ਜ਼ਖਮੀ ਹੋ ਜਾਂਦਾ ਹੈ ਕਾਕਾ ਅਫਜ਼ਲ ਨੂੰ ਹਸਪਤਾਲ ਲੈ ਕੇ ਆ ਜਾਂਦਾ ਹੈ ਬਾਂਦਰੀ ਵਾਲੇ ਦੀ بیوی ਲੱਖ ਰੁਪਿਆ ਦੇ ਕੇ ਹਸਪਤਾਲ 'ਚ ਅਫਜ਼ਲ ਨੂੰ ਮਰਵਾ ਦਿੰਦੀ ਹੈ ਐ ਸ਼ਹਿਰ ਦੇ ਪਦਮਾਸ਼ਾਨੋਂ ਇੱਕ ਦੂਜੇ ਕੋਲੋਂ ਮਰਵਾਏ ਜਾਏ ਜੱਬ ਜਾ ਕੇ ਉਹਨਾਂ ਦੇ ਕਰਜwidehatਆ ਪੜੀ ਜਾਏ ਮੈਂ ਪੁਲਿਸ ਕਾਕੇ ਨੂੰ ਅਫਜ਼ਲ ਦੇ ਕਤਲ ਦੇ ਇਜ਼ਾਮੀ ਗ੍ਰਫਤਾਰ ਕਰ ਲੈਂਦੀ ਏ ਪੀਰ ਬਖਸ਼ ਦਾ ਪੋਤਾ ਸ਼ਫਕਤ ਚੀਮਾ ਅਫਜ਼ਲ ਦੀ ਦੇਵਾਦੀ ਇੱਜ਼ਤ ਲੁੱਟਣ ਦੀ ਕੋਸ਼ਿਸ਼ ਕਰਦਾ ਹੈ ਅਫਜ਼ਲ ਦਾ ਬੇਟਾ ਉਹਨੂੰ ਗੋਲੀ ਮਾਰ ਦਿੰਦਾ ਹੈ ਕਾਕੇ ਦੀ ਮਾਂ ਉਹਦੀ লাশ ਚੌਕ ਵਿੱਚ ਸੁੱਟ ਦਿੰਦੀ ਏ ਬਾਰ ਬੇਗਮ ਨੇ ਕਾਕੇ ਲੋਹਾਰ ਦੀ ਮਾਂ ਦਾ ਕਦਾਰਦਾ ਕੀਤਾ ਹੈ ਪੁਲਿਸ ਕਾਕੇ ਦੀ ਮਾਂ ਨੂੰ ਕਤਲ ਦੇ ਇਜ਼ਾਮੀ ਗ੍ਰਫਤਾਰ ਕਰ ਲੈਂਦੀ ਏ ਅਦਾਲਤ ਕਾਕੇ ਦੀ ਮਾਂ ਨੂੰ ਸਰਦਾਰਾ ਬੀਗਮ ਬਾਇ ਇਜ਼ਤ ਬਰੀ ਕਰ ਦਿੰਦੀ ਹੈ ਔਰ ਇਸ ਤੋਂ ਬਾਅਦ ਕਾਕਾ ਵੀ ਕਤਲ ਤੇ ਜ਼ਾਮਿਨ ਇਸ ਤੋਂ ਬਾਅਦ ਕਾਕਾ ਵੀ ਰਿਆ ਕਰ ਦਿੱਤਾ ਜਾਂਦਾ ਹੈ ਫਿਰ ਬਖਸ਼ ਜੇਲ ਵਿੱਚ ਅਫਸਰ ਨੂੰ ਰਿਸ਼ਵਤ ਦੇ ਕੇ ਆਪਣੇ ਪੋਤੇ ਨੂੰ ਫਰਾਰ ਕਰਵਾ ਦਿੰਦਾ ਹੈ ਜੇਲ ਹਾਰ ਕਰ ਇਸ ਅਫਸਰ ਨੂੰ ਗੋਲੀ ਮਾਰ ਦਿੰਦਾ ਹੈ ਫਿਰ ਬਖਸ਼ ਦੇ ਪੋਤੇ ਕਾਕਾ ਤੇ ਕਰਤੇ ਹਮਲਾ ਕਰ ਦਿੰਦੇ ਔਰ ਇਸ ਹਮਲੇ ਚ ਕਾਕਾ ਦਾ ਦੋਸਤ ਬੱਬਨ ਘਾਕੀਤੀ ਪਰਜਾਈ ਤੇ ਭਤੀਜਾ ਕਤਲ ਹੋ ਜਾਂਦੇ ਨੇ ਸ਼ੈਦਾ ਮਿਨੀ ਨੇ ਇਸ ਫਿਲਮ ਵਿੱਚ ਸਵਾਇਫ ਦਾ ਕੇਦਾਰ ਦਾ ਕੀਤਾ ਹੈ ਜਿਹੜੀ ਕਾਕਾ ਨਾਲ ਪਿਆਰ ਕਰਦੀ ਏ ਆ ਮੈਂ ਕਾਕੇ ਲੋਹਾਰ ਦਾ ਪਰਾਵਾ ਜੇ ਮੈਂ ਆਪਣੇ ਪੈਰਾਂ ਦੀ ਮਿੱਟੀ ਛੱਡ ਕੇ ਨਸ ਗਿਆ ਉਹ ਲੈ ਨਵੀਂ ਮਬਈਤ ਨੂੰ ਕੰਧਾ ਵੀ ਨਹੀਂ ਦੇਣਾ ਔਰ ਕਾਕੀ ਹੱਥੇ ਹੋਣ ਵਾਲੇ ਕਤਲਾਨਾ ਹਮਲੇ ਚ ਆਪਣੀ ਜਾਨ ਦੇ ਦਿੰਦੀ ਏ ਪੁਲਿਸ ਕਾਕੇ ਨੂੰ ਗ੍ਰਿਫਤਾਰ ਕਰ ਲੈਂਦੀ ਏ ਔਰ ਇਹਨੂੰ ਪੁਲਿਸ ਮੁਕਾਬਲੇ ਚ ਮਾਰਨ ਦੀ ਤਿਆਰੀ ਕਰਦੀ ਏ ਰਿਸ਼ਮਾ ਮਦਦ ਕਰਕੇ ਬਚਾ ਲੈਂਦੀ ਏ ਪੀਪਖਸ਼ ਰਕਮ ਦੇ ਕੇ काके ਦੇ ਦੋਸਤ ਮੰਨੇ ਨੂੰ ਖਰੀਦ ਲੈਂਦਾ ਹੈ ਧੋਖੇ ਨਾਲ ਕਾਕੇ ਦਾ ਪਿਸਤੌਲ ਕੱਢ ਲੈਂਦਾ ਹੈ ਜਦੋਂ ਦੁਸ਼ਮਣ ਹਮਲਾ ਕਰਦੇਨ ਤੇ ਕਾਕਾ ਪਿਸਤੌਲ ਕੱਢਣ ਦੀ ਕੋਸ਼ਿਸ਼ ਕਰਦਾ ਹੈ ਲੇਕਿਨ ਉਥੇ ਪਿਸਤੌਲ ਨਹੀਂ ਹੁੰਦਾ ਦੁਸ਼ਮਣ ਹਮਲਾ ਕਰ ਦੇਦਨ ਕਾਕਾ ਸਭ ਨੂੰ ਕਤਲ ਕਰਨ ਤੋਂ ਬਾਅਦ ਪੀਰ ਬਖਸ਼ ਨੂੰ ਵੀ ਕਤਲ ਕਰ ਦਿੰਦਾ ਹੈ ਔਰ ਖੁਦ ਵੀ ਪੀਰ ਬਖਸ਼ ਦੀਆਂ ਗੋਲੀਆਂ ਦਾ ਨਿਸ਼ਾਨਾ ਬਣ ਜਾਂਦਾ ਹੈ ਪੀਰ ਬਖਸ਼ ਔਰ ਕਾਕਾ ਦੋਨੋਂ ਖਲਕ ਹੋ ਜਾਂਦੇ ਹਨ ਅਗਰ ਤੁਹਾਨੂੰ ਮੇਰੀ ਮਾਲੂਮਾਤ ਅੱਛੀ ਲੱਗੀ ਹੋਵੇ ਮੇਰੀ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਕਰ ਦਿਓ